ਹਾਂਜੀ ਸਤਿ ਸ੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜੀ ਤੁਹਾਨੂੰ ਰਿਕੁਐਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਜਾਣਕਾਰੀ ਆ ਉਹੋ ਮਿਸ ਨਾ ਹੋਵੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਹਾਲੇ ਕਰੋਨਾ ਦਾ ਕਹਿਰ ਰੋਕ ਨਹੀਂ ਰਿਹਾ ਕਿ ਉਤੋਂ ਮੀਂਹ ਕਿਸਾਨਾਂ ਦੇ ਮਗਰ ਪੈ ਚੁੱਕਾ ਹੈ ਜੀ ਹੁਣ ਮੌਸਮ ਵਿਭਾਗ ਆਖ ਰਿਹਾ ਹੈ ਕਿ ਹੋਰ ਤੇਜ਼ ਮੀਂਹ ਅਤੇ ਤੂਫਾਨ ਆ ਸਕਦਾ ਹੈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਕਿ ਅਗਲੇ 24 ਘੰਟਿਆਂ ਵਿੱਚ ਕਈ ਰਾਜਾਂ ਦੇ ਵਿੱਚ ਭਾਰੀ ਬਾਰਿਸ਼ ਤੇਜ਼ ਹਵਾਵਾਂ ਚੱਲਣ ਦੇ ਅਸਾਰ ਹਨ ਇਸ ਦੇ ਨਾਲ ਲੋਕਾਂ ਨੂੰ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਜੀ ਮੌਸਮ ਵਿਭਾਗ ਦੇ ਅਨੁਸਾਰ ਪੱਛਮੀ ਬੰਗਾਲ ਬਿਹਾਰ ਉੜੀਸਾ ਮੱਧ ਮਹਾਰਾਸ਼ਟਰ ਦੇ ਵੀ ਕੁਝ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਹੋ ਸਕਦਾ ਤੇ ਪੰਜਾਬ ਦੇ ਵਿੱਚ ਤਾਂ ਜੀ ਭਾਰੀ ਮੀਂਹ ਪੈਣ ਦੀ ਉਮੀਦ ਹੈ ਸੋ ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਮੌਸਮ ਬਦਲ ਗਿਆ ਤੇ ਇਸ ਤੇ ਬਹੁਤ ਸਾਰੇ ਰਾਜਾਂ ਦੇ ਵਿੱਚ ਬਦਲਦੇ ਮੌਸਮ ਨੇ ਤਬਾਈ ਮਚਾ ਦਿੱਤੀ ਹੈ ਜੀ ਪਿਛਲੇ 24 ਘੰਟਿਆਂ ਦੇ ਵਿੱਚ ਭਾਰੀ ਮੀਂਹ ਅਤੇ ਗੜੇਬਾਰੀ ਦੇ ਨਾਲ ਬਹੁਤ ਸਾਰੇ ਰਾਜਾਂ ਦੇ ਵਿੱਚ ਫਸਲ ਤਬਾਹ ਹੋ ਚੁੱਕੀ ਹੈ ਜੀ ਪਰ ਪੰਜਾਬ ਹਲੇ ਤੱਕ ਬਚਿਆ ਹੋਇਆ ਪਰ ਬਹੁਤ ਸਾਰੇ ਰਾਜਾਂ ਦੇ ਵਿੱਚ ਤੂਫਾਨ ਆਉਣ ਦੀ ਜਿਹੜੀ ਸੰਭਾਵਨਾ ਉਹ ਵੀ ਮੌਸਮ ਵਿਭਾਗ ਜਤਾ ਰਿਹਾ ਹੈ ਜੀ ਤੇ ਇਸ ਦੇ ਨਾਲ ਮੌਸਮ ਵਿਭਾਗ ਨੇ ਕਈ ਸੂਬਿਆਂ ਦੇ ਵਿੱਚ ਤੇਜ਼ ਮੀਂਹ ਦੀ ਸੰਭਾਵਨਾ ਦੇ ਬਾਰੇ ਵੀ ਚੇਤਾਵਨੀ ਜਾਰੀ ਕੀਤੀ ਹੈ ਤੇ ਮੌਸਮ ਵਿਭਾਗ ਨੇ ਇਸ ਮਹੀਨੇ ਦੇ ਵਿੱਚ ਦੂਜੀ ਵਾਰ ਅਲਰਟ ਜਾਰੀ ਕੀਤਾ ਹੈ ਜੀ ਸੋ ਜੇ ਆਪਾਂ ਪੱਛਮੀ ਡਿਸਟਰਬੈਂਸ ਦੀ ਕਾਰਨ ਉੱਤਰੀ ਭਾਰਤ ਦੇ ਕਈ ਰਾਜਾਂ ਦੇ ਵਿੱਚ ਬਾਰਿਸ਼ ਆ ਵੇਖੀ ਜਾ ਸਕਦੀ ਹੈ ਤੇ 2 ਮਈ ਦੇ ਤੱਕ ਰਿਪੀਟ ਅਗੇਨ ਜੀ 2 ਮਈ ਦੇ ਤੱਕ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਤੂਫਾਨ ਅਤੇ ਮੀਂਹ ਵੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਜੀ 3 ਮਈ ਨੂੰ ਪੰਜਾਬ ਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜੀ ਪਿਛਲੇ 3 ਦਿਨਾਂ ਤੋਂ ਚੱਲ ਰਹੇ ਮੀਂਹ ਦੇ ਕਾਰਨ ਫਸਲਾਂ ਨੂੰ ਦੂਜੇ ਰਾਜਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਜੀ ਮੌਸਮ ਦੀ ਰਿਪੋਰਟ ਦੇ ਅਨੁਸਾਰ ਪੂਰਬੀ ਉੱਤਰੀ ਭਾਰਤ ਦੇ ਵਿੱਚ ਇੱਕ ਨਵੀਂ ਪੱਛਮੀ ਡਿਸਟਰਬੈਂਸ ਪਹੁੰਚ ਰਹੀ ਹੈ ਜੀ ਜਿਹੜੀ ਪੱਛਮੀ ਬੰਗਾਲ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਚੱਕਰਵਾਤੀ ਚੱਕਰ ਚਲਾਉਂਦਾ ਦਿਖਾਈ ਦੇਵੇਗਾ ਸੋ ਜੇ ਆਪਾਂ ਪੰਜਾਬ ਖਿੱਤੇ ਦੀ ਗੱਲ ਕਰੀਏ ਤਾਂ ਜੀ ਅਗਲੇ 24 ਘੰਟਿਆਂ ਦੇ ਦੌਰਾਨ ਪੱਛਮੀ ਮਾਲਵਾ ਦੇ ਫਾਜ਼ਲਕਾ ਫਿਰੋਜ਼ਪੁਰ ਆਬੋਰ ਜਲਾਲਾਬਾਦ ਮੁਕਤਸਰ ਮਲੋਟ ਗੁਰੂ ਹਰ ਸਾਹਿਬ ਫਰੀਦਕੋਟ ਜੈਤੋ ਗਿੱਦੜਵਾਹਾ ਲੰਬੀ ਬਠਿੰਡਾ ਡੱਬ ਵਾਲੀ ਸਰਸਾ ਗੰਗਾਨਗਰ ਹਨੂਮਾਨਗੜ ਜ਼ਿਲ੍ਹੇ ਦੇ ਵਿੱਚ 50 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਧੂਰ ਪੜੀ ਹਨੇਰੀ ਪੁੱਜ ਰਹੀ ਆ ਤੇ ਨਾਲ ਹੀ ਰਾਤੀ ਥੋੜੀ ਥੋੜੀ ਥਾਂ ਤੇ ਗਰਜ ਅਤੇ ਚਮਕ ਦੇ ਨਾਲ ਮੋਟੀਆਂ ਕਣੀਆਂ ਦੇ ਮੀਂਹ ਦੀ ਫੁਹਾਰ ਪੈ ਸਕਦੀ ਹੈ ਜੀ ਖਾਸ ਕਰਕੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਬੱਦਲ ਆ ਕਮਜ਼ੋਰ ਪੈ ਰਿਹਾ ਇਸ ਤੋਂ ਅੱਗੇ ਪੈਂਦੇ ਖੇਤਰਾਂ 'ਚੋਂ ਵੀ ਜਿਹੜਾ ਮੀਂਹ ਪਾ ਦਿੱਤਾ ਜਾਵੇਗਾ ਜਿਹੜੀ ਇਨਫੋਰਮੇਸ਼ਨ ਉਹ ਤੁਹਾਨੂੰ ਜਰੂਰ ਦੇਵਾਂਗੇ ਜੀ ਸੋ ਕੱਲ ਦੁਪਹਿਰ ਅਤੇ ਸ਼ਾਮੀ ਖਿੱਤੇ ਪੰਜਾਬ ਦੇ ਵਿੱਚ ਕਿਤੇ ਕਿਤੇ ਗਰਜ ਅਤੇ ਚਮਕ ਦੇ ਨਾਲ ਹਲਕੀ ਕਾਰਵਾਈ ਦੀ ਉਮੀਦ ਉਹ ਰਹੇਗੀ ਸੋ ਦੋਸਤੋ ਏਸੀਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਆਉਣ ਵਾਲੇ 24 ਤੋਂ 48 ਘੰਟਿਆਂ ਦੀ ਇਨਫੋਰਮੇਸ਼ਨ ਸੋ ਅਗਲੀ ਵੀਡੀਓ ਦੇ ਵਿੱਚ ਹੋਰ ਤਾਜ਼ਾ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ